ਜੀ ਗੱਲ ਸਿਰਫ 1.5 ਕਿੱਲਾ ਜ਼ਮੀਨ ਸੀ, 1.5 ਕਿੱਲਾ, 10 ਕਿੱਲੇ ਨਹੀਂ ਸੀ, 12 ਕਿੱਲੇ ਨਹੀਂ ਸੀ। ਮੈਂ 3 ਦਿਨ ਕਿਸਾਨੀ ਮੋਰਚੇ ਤੇ ਲਾ ਕੇ ਆਇਆ ਤੇ ਉੱਥੇ ਮੈਂ ਕੀ ਅਬਜ਼ਰਵ ਕੀਤਾ ਤੇ ਕਿਸਾਨੀ ਮੋਰਚੇ ਦੀ ਇੱਕ ਛੋਟੀ ਜਿਹੀ ਕਮੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ। ਜੇਕਰ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਆ ਜੀ, ਚਾਹੇ ਇਹਨੂੰ ਸਲਾਹ ਸਮਝੋ ਚਾਹੇ ਇਹਨੂੰ ਸਮਝੋ ਕਮੀ। ਤੇ ਦੋਸਤੋ, ਜਿੰਨੀਆਂ ਵੀ ਜਥੇਬੰਦੀਆਂ ਜੋ ਵੀ ਗਏ, ਜਿੰਨੇ ਵੀ ਕਿਸਾਨ ਗਏ, ਜਿੰਨੇ ਵੀ ਵੀਰ ਦਾਨ ਪੁੰਨ ਕਰਨ ਵਾਲੇ ਨੇ, ਉਹਨਾਂ ਨੂੰ ਮੇਰੀ ਇੱਕ ਹੀ ਬੇਨਤੀ ਆ ਵੀ ਹਰ ਇੱਕ ਕਿਸਾਨ ਨੂੰ ਅਥਰੂ ਗੈਸ ਤੋਂ ਚੱਲਣ ਵਾਸਤੇ ਮਾਸਕ, ਇੱਕ ਬੁਲਟ ਪਰੂਫ ਹੈਲਮਟ ਤੇ ਇੱਕ ਬੁਲਟ ਪਰੂਫ ਜੈਕਟ ਦੀ ਲੋੜ ਆ ਦੋਸਤੋ, ਹਰ ਇੱਕ ਜਥੇਬੰਦੀ ਨੂੰ, ਹਰ ਇੱਕ ਕਿਸਾਨ ਨੂੰ ਜਿਹੜਾ ਕਿਸਾਨ ਅੰਦੋਲਨ ਤੇ ਜਾਵੇ ਜਾਂ ਕਿਸਾਨ ਜੇਕਰ ਲੈ ਸਕਦਾ ਤਾਂ ਇੱਕ ਬੁਲਟ ਪਰੂਫ ਹੈਲਮਟ, ਬੁਲਟ ਪਰੂਫ ਜੈਕਟ ਤੇ ਮਾਸਕ ਅਥਰੂ ਗੈਸ ਦੇ ਗੋਲਿਆਂ ਤੋਂ ਬਚਣ ਵਾਸਤੇ। ਤਾਂ ਦੋਸਤੋ, ਇਹ ਚੀਜ਼ਾਂ ਤੁਹਾਡੇ ਕੋਲ ਹੋਣੀਆਂ ਜ਼ਰੂਰੀ ਆ ਦੋਸਤੋ। ਮੈਂ ਸ਼ੰਭੂ ਬਾਰਡਰ 'ਤੇ ਵੀ ਦੇਖਿਆ ਕਈਆਂ ਕਿਸਾਨਾਂ ਕੋਲ ਹੈਗੀਆਂ ਸੀ, ਖਣੌਰੀ ਬਾਰਡਰ 'ਤੇ ਤਾਂ ਕਿਸੇ ਵੀ ਕਿਸਾਨ ਕੋਲ ਹੈ ਨਹੀਂ ਸੀ। ਮੀਡੀਆ ਵਾਲਿਆਂ ਕੋਲ ਸਿਰ 'ਤੇ ਟੋਪੀ ਲੱਗੀ ਹੋਈ ਸੀਗੀ, ਬੁਲਟ ਪਰੂਫ ਜਿਹੜਾ ਕਿ ਉਹਨਾਂ ਕੋਲ ਸੀਗਾ ਹੈਲਮਟ, ਮੈਂ ਗੱਲ ਕੀਤੀ ਅਤੇ ਬੁਲਟ ਪਰੂਫ ਉਹਨਾਂ ਦੀ ਜੈਕਟ ਪਾਈ ਹੋਈ ਸੀ, ਉਹ ਦੋਸਤੋ ਉਹਨਾਂ ਦੇ ਮਾਸਕ ਵੀ ਲੱਗਿਆ ਹੋਇਆ ਸੀਗਾ। ਅਤੇ ਉਹ ਵੇਖ ਲਓ ਵੀ ਗੋਲਿਆਂ ਦੇ ਵਿੱਚ ਵੀ ਉਹ ਉੱਥੇ ਵੀਡੀਓ ਬਣਾ ਰਹੇ ਸੀ ਅਤੇ ਨਿਊਜ਼ ਦੇ ਰਹੇ ਸੀ ਗੋਲਿਆਂ ਦੇ ਵਿੱਚ। ਮੈਂ ਦੇਖ ਕੇ ਹੈਰਾਨ ਹਾਂ, ਗੋਲੇ ਚੱਲਦੇ ਸੀ ਅਤੇ ਜਿਹੜਾ ਮੀਡੀਆ ਵਾਲਾ ਸੀ ਗੋਲਿਆਂ ਦੇ ਵਿੱਚ ਉਹ ਨਿਊਜ਼ ਦੇ ਰਿਹਾ ਸੀ। ਅਤੇ ਮੈਂ ਸੋਚਿਆ ਵੀ ਦੋਸਤੋ, ਜੇਕਰ ਜਥੇਬੰਦੀਆਂ, ਜੇਕਰ ਆਪਣਾ ਕਿਸਾਨੀ ਕਿਸਾਨ ਇਹ ਸੋਚਣ ਅਤੇ ਕਿਸਾਨ ਇਹ ਕਹਿ ਦੇਣ ਵੀ ਹਰ ਇੱਕ ਜ਼ਿਮੀਂਦਾਰ ਇੱਕ ਮਾਸਕ, ਇੱਕ ਬੁਲਟ ਪਰੂਫ ਜੈਕਟ ਅਤੇ ਇੱਕ ਬੁਲਟ ਪਰੂਫ ਹੈਲਮਟ ਜ਼ਰੂਰ ਲੈ ਕੇ ਆਵੇ, ਖਾਸ ਕਰਕੇ ਉਹ ਨੌਜਵਾਨ ਜ਼ਰੂਰ ਲੈ ਕੇ ਆਉਣ ਜਿਹੜੇ ਕਿ ਅੱਗੇ ਜਾ ਕੇ ਬਾਰਡਰ 'ਤੇ ਜਿਨ੍ਹਾਂ ਨੇ ਬੈਰੀਕੇਡ ਤੋੜਨਾ ਉਹਨਾਂ ਨੂੰ ਪੁਆਏ ਜਾਣ, ਕਿਤੇ ਨਾ ਕਿਤੇ ਜੰਗ ਜਿੱਤੀ ਜਾ ਸਕਦੀ। ਜਾਂ ਦੋਸਤੋ, ਸ਼ੰਭੂ ਬਾਰਡਰ 'ਤੇ ਇਕੱਠ ਜਿਹੜਾ ਕਿ ਕਿਸਾਨੀ ਮੋਰਚੇ ਨਾਲੋਂ ਵੀ ਦੁੱਗਣਾ ਦੋਸਤੋ, ਸ਼ੰਭੂ ਬਾਰਡਰ 'ਤੇ ਤਾਂ ਬਹੁਤ ਜਿਹੜੇ ਕਿਸਾਨ ਪਹੁੰਚੇ ਹੋਏ ਆ, ਖਾਸ ਕਰਕੇ ਦੋਸਤੋ ਮਾਝੇ ਵਾਲੇ ਭਾਊ ਮਾਰਦੇ ਵੜਕਾਂ ਦੋਸਤੋ ਉੱਥੇ। ਦੋਸਤੋ, ਉੱਥੇ ਫੌਜੀਆਂ ਦੀ ਹਿੰਮਤ ਨਹੀਂ ਸੀਗੀ ਵੀ ਉਹ ਟੱਪ ਕੇ ਬਾਰਡਰ ਅੱਗੇ ਆ ਜਾਣ, ਨੀਚੇ ਦੀ ਘੱਗਰ ਦਰਿਆ ਟੱਪਦਾ, ਇਸ ਕਰਕੇ ਉਹ ਉੱਥੇ ਅੱਗੇ ਨਹੀਂ ਆਏ ਕਿਉਂਕਿ ਇਕੱਠ ਬਹੁਤ ਜ਼ਿਆਦਾ ਉੱਥੇ। ਇੱਕ ਫੌਜੀ ਨੂੰ ਘੱਟੋ ਘੱਟ 15 ਬੰਦੇ, 15 ਕਿਸਾਨ ਮੇਰੇ ਹਿਸਾਬ ਨਾਲ ਇੰਨਾ ਜ਼ਿਆਦਾ ਇਕੱਠ ਸੀਗਾ ਜੇਕਰ ਆਪਾਂ ਕੰਪੇਅਰ ਕੀਤਾ ਜਾਵੇ ਤਾਂ। ਜੇਕਰ ਆਪਾਂ ਗੱਲ ਕਰੀਏ ਦੋਸਤੋ ਖਨੌਰੀ ਬਾਰਡਰ ਦੀ, ਖਨੌਰੀ ਬਾਰਡਰ 'ਤੇ ਦੋਸਤੋ ਇਕੱਠ ਹੈਗਾ ਪਰ ਉਨਾ ਇਕੱਠ ਨਹੀਂ ਜਿੰਨਾ ਕਿ ਸ਼ੰਭੂ ਬਾਰਡਰ 'ਤੇ ਆ। ਤਾਂ ਮੇਰਾ ਇੱਕ ਸਲਾਹ ਇਹ ਆ ਵੀ ਸ਼ੰਭੂ ਬਾਰਡਰ 'ਤੇ ਤੀਜਾ ਹਿੱਸਾ ਜਿਹੜਾ ਇਕੱਠ ਆ ਉਹ ਖਨੌਰੀ ਬਾਰਡਰ 'ਤੇ ਆ ਜੇ, ਤਾਂ ਇੱਥੋਂ ਦੇ ਫੌਜੀਆਂ ਦੀ ਵੀ ਹਿੰਮਤ ਨਹੀਂ ਹੋਵੇਗੀ ਅੱਗੇ ਆਣ ਕੇ ਟੱਪ ਕੇ ਨਾਲੇ ਬੰਦਾ ਮਾਰ ਜਾਣ ਅਤੇ ਨਾਲੇ ਟਰੈਕਟਰ ਭੰਨ ਜਾਣ। ਦੂਜੀ ਗੱਲ ਦੋਸਤੋ, ਸ਼ੰਭੂ ਬਾਰਡਰ 'ਤੇ ਟੱਪਣਾ ਥੋੜ੍ਹਾ ਜਿਹਾ ਵੀ ਲਾ ਲਓ ਵੀ ਔਖਾ, ਕਹਿਣ ਦਾ ਭਾਵ ਵੀ ਘੱਗਰ ਦਰਿਆ ਨੀਚੇ ਦੀ ਲੰਘਦਾ ਅਤੇ ਟੱਪਿਆ ਨਹੀਂ ਜਾ ਸਕਦਾ ਅੱਗੇ ਫੋਰਸ ਆ, ਫੋਰਸ ਨਾਲ ਆਪਾਂ ਕਿਉਂਕਿ ਉਹਨਾਂ 'ਤੇ ਆਪਾਂ ਗੋਲੀਆਂ ਅਤੇ ਡਾਂਗਾ ਚਲਾ ਨਹੀਂ ਸਕਦੇ। ਜੇਕਰ ਆਪਾਂ ਗੋਲੀਆਂ ਡਾਂਗਾ ਚਲਾਈਆਂ ਤਾਂ ਉਹਨਾਂ ਨੇ ਆਪਾਂ ਨੂੰ ਅੱਤਵਾਦੀ ਬਣਾ ਕੇ ਮਾਰ ਦੇਣਾ, ਜਾਂ ਉਹਨਾਂ ਨੇ ਐਂ ਕਹਿ ਦੇਣਾ ਵੀ ਬਾਈ ਜੀ ਅੱਗੋਂ ਸਾਨੂੰ ਗੋਲੀ ਆਈ ਸੀ ਅਤੇ ਅਸੀਂ ਆਪਦੀ ਸੇਫਟੀ ਵਾਸਤੇ ਉਸ ਨੌਜਵਾਨ ਨੂੰ ਗੋਲੀ ਮਾਰੀ, ਬਸ ਆਹ ਕਥਨ ਲਿਖ ਕੇ ਉਹਨਾਂ ਨੇ ਸਪਸ਼ਟੀਕਰਨ ਦੇ ਕੇ ਪਾਸੇ ਹੋ ਜਾਣਾ। ਜਿਵੇਂ ਕਿ ਸ਼ੰਭੂ ਬਾਰਡਰ 'ਤੇ ਵੱਡੇ ਵੱਡੇ ਟਰੈਕਟਰ, ਵੱਡੀਆਂ ਵੱਡੀਆਂ ਮਸ਼ੀਨਾਂ ਨੇ, ਖਨੌਰੀ ਬਾਰਡਰ 'ਤੇ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਦੀ ਥੋੜ੍ਹੀ ਜਿਹੀ ਕਮੀ ਆ। ਬਾਕੀ ਮਾਸਕ ਅਤੇ ਬੁਲਟ ਪਰੂਫ ਜੈਕਟਾਂ ਜਿਹੜੇ ਵੀ ਨੌਜਵਾਨ ਅੱਗੇ ਜਾਂਦੇ ਦੋਸਤੋ, ਜਿਨ੍ਹਾਂ ਨੇ ਵੀ ਯੁੱਧ ਲੜਨਾ ਜਾ ਕੇ ਡਾਂਗਾ ਖਾਣੀਆਂ ਨੇ, ਹੈਲਮਟ ਅਤੇ ਬੁਲਟ ਪਰੂਫ ਜੈਕਟਾਂ ਉਹਨਾਂ ਵਾਸਤੇ ਜ਼ਰੂਰੀ ਆ ਦੋਸਤੋ, ਜੇਕਰ ਆਪਾਂ ਉਹਨਾਂ ਦੇ ਬੈਰੀਗੇਡ ਹਟਾਉਣੇ ਨੇ ਤਾਂ। ਦੋਸਤੋ, ਇਹ ਮੈਨੂੰ ਉੱਥੇ ਕੁਝ ਕਮੀਆਂ ਲੱਗੀਆਂ ਨੇ। ਜੇਕਰ ਕੋਈ ਵੀਰ ਸੱਜਣ ਪੁੰਨ ਕਰਨਾ ਚਾਹੁੰਦਾ ਜਾਂ ਕੋਈ ਕਿਸਾਨ ਜਾਣਾ ਚਾਹੁੰਦਾ ਤਾਂ ਇਹ ਚੀਜ਼ਾਂ ਨੂੰ ਨਾਲ ਲੈ ਕੇ ਜ਼ਰੂਰ ਜਾਵੇ, ਕਿਉਂਕਿ ਆਪਾਂ ਲੜਨਾ ਨਹੀਂ। ਜੇਕਰ ਦੋਸਤੋ, ਇੱਕ ਤਾਂ ਮੈਂ ਇਹ ਤਾਂ ਕਹਿ ਰਿਹਾ ਕਿਉਂਕਿ ਜਾਂ ਤਾਂ ਗੋਲੀ ਸਿਰ 'ਤੇ ਵੱਜੂ ਜਾਂ ਵੱਜੂ ਢਿੱਡ 'ਤੇ, ਜੇਕਰ ਸਿਰ ਜਾਂ ਢਿੱਡ 'ਤੇ ਗੋਲੀ ਵੱਜਦੀ ਆ ਤਾਂ ਬੰਦੇ ਦੀ ਮੌਤ ਨਾਲ ਦੀ ਨਾਲ ਹੋ ਜਾਂਦੀ ਆ। ਇਹੀ ਚੀਜ਼ਾਂ ਆਪਾਂ ਦੋਵੇਂ ਸੇਵ ਕਰ ਲਈਆਂ ਤਾਂ ਲੱਤ ਬਾਂਹ 'ਤੇ ਜਿੱਥੇ ਮਰਜ਼ੀ ਗੋਲੀ ਵੱਜ ਜੇ ਬੰਦਾ ਛੇਤੀ ਕੀਤਿਆਂ ਨਹੀਂ ਮਰਦਾ, ਛੇਤੀ ਉਹਨੂੰ ਮੌਤ ਨਹੀਂ ਆਉਂਦੀ, ਕਿਤੇ ਨਾ ਕਿਤੇ ਉਹ ਆਪਦੀ ਜ਼ਿੰਦਗੀ ਬਚਾ ਸਕਦਾ, ਕਿਉਂਕਿ ਉੱਥੇ ਡਾਂਗ ਸੁੱਟੇ ਤਾਂ ਆਪਾਂ ਝੱਲ ਲਾਂਗੇ ਪਰ ਗੋਲੀਆਂ ਆਪਣੇ ਤੋਂ ਨਹੀਂ ਚੱਲੀਆਂ ਜਾਣੀਆਂ, ਨੌਜਵਾਨ ਆਪਣੇ ਤੋਂ ਨਹੀਂ ਮਰਵਾਏ ਜਾਣੇ। ਕਿਉਂਕਿ 1.5 ਕਿੱਲਾ ਜ਼ਮੀਨ ਸੀ ਸ਼ੁਭਕਰਨ ਸਿੰਘ ਕੋਲ, ਉਸਨੇ ਬਾਈ ਜੀ ਸ਼ਹੀਦੀ ਦੇ ਦਿੱਤੀ ਆ, ਉਸਦੀ ਸ਼ਹੀਦੀ ਵਿਅਰਥ ਨਾ ਜਾਵੇ।
ਦੂਜੀ ਗੱਲ, ਸਿਰਫ 1.5 ਕਿੱਲਾ ਜ਼ਮੀਨ ਸੀ, 1.5 ਕਿੱਲਾ, 10 ਕਿੱਲੇ ਨਹੀਂ ਸੀ, 12 ਕਿੱਲੇ ਨਹੀਂ ਸੀ, 20 ਕਿੱਲੇ ਨਹੀਂ ਸੀ, ਸਿਰਫ 1.5 ਕਿੱਲਾ ਸ਼ੁਭਕਰਨ ਸਿੰਘ ਕੋਲੇ ਜ਼ਮੀਨ ਸੀ, ਅਤੇ ਬੰਦਾ ਉਸ ਵਾਸਤੇ ਪਿਛਲੇ ਕਿਸਾਨੀ ਮੋਰਚੇ 'ਤੇ ਵੀ ਗਿਆ, ਇਸ ਕਿਸਾਨੀ ਮੋਰਚੇ 'ਤੇ ਵੀ ਗਿਆ। ਮੇਰੀ ਦੋਸਤੋ ਇੱਕ ਸਲਾਹ, ਨਹੀਂ ਜਾ ਕੇ ਲੜਨਾ ਕੋਈ ਗੱਲ ਨਹੀਂ, ਲੜਨ ਨੂੰ ਬਥੇਰੇ ਨੌਜਵਾਨ ਹੈਗੇ ਆ, ਬਥੇਰੇ ਹੈਗੇ, ਹਰ ਇੱਕ ਘਰ 'ਚੋਂ ਜਿਹਦੇ ਕੋਲ ਜਿੰਨੀ ਜ਼ਮੀਨ ਆ, ਜੇਕਰ 4 ਕਿੱਲੇ ਆ ਤਾਂ 4 ਦਿਨ ਲਾ ਕੇ ਆਵੇ, 10 ਕਿੱਲੇ ਆ ਤਾਂ 10 ਦਿਨ ਲਾ ਕੇ ਆਵੇ, ਜ਼ਰੂਰ ਲਾ ਕੇ ਆਵੇ, ਜੇਕਰ 2 ਭਰਾ ਤਾਂ ਵੰਡ ਕੇ ਲਾ ਕੇ ਆਉਣ। ਹਰ ਇੱਕ ਘਰ 'ਚੋਂ ਜੇਕਰ ਨੌਜਵਾਨ ਉੱਥੇ ਪਹੁੰਚ ਗਿਆ ਤਾਂ ਸਿਰਫ ਇੱਕ ਇਕੱਠ ਵਿਖਾਉਣ ਦੀ ਲੋੜ ਆ, ਅਤੇ ਉਹ ਤਾਂ ਪਹਿਲਾਂ ਹੀ ਹਿੱਲੇ ਪਏ ਆ। ਮੋਦੀ ਨੂੰ ਤਾਂ ਪਹਿਲਾਂ ਨੀਂਦ ਨਹੀਂ ਆਉਂਦੀ, ਡੇਲੀ 5-5 ਉਹ ਮੀਟਿੰਗਾਂ ਕਰਦਾ ਵੀ ਬਣੂਗਾ ਕੀ, ਕਿਵੇਂ ਕਰੀਏ, ਕਿੱਦਾਂ ਕਰੀਏ। ਬਾਕੀ ਦੋਸਤੋ, ਜਿੰਨਾ ਚਿਰ ਚੋਣ ਜਾਬਤਾ ਨਹੀਂ ਲੱਗਦਾ ਉਨਾ ਚਿਰ ਆਪਾਂ ਯਾਨੀ ਕਿ ਕਰ ਸਕਦੇ, ਉਸ ਤੋਂ ਬਾਅਦ ਚੋਣ ਜਾਬਤਾ ਲੱਗ ਗਿਆ ਤਾਂ ਆਪਾਂ ਨੂੰ ਘੱਟੋ ਘੱਟ 4 ਮਹੀਨੇ ਵੇਟ ਕਰਨੀ ਪਊਗੀ ਸੰਘਰਸ਼ ਲੜਨ ਵਾਸਤੇ। ਬਾਕੀ ਦੋਸਤੋ, ਬੈਠੇ ਰਹੋ ਅਤੇ ਹੱਲਾ ਹੁੱਲੜਬਾਜ਼ੀ ਨਾ ਕਰੋ, ਕਿਉਂਕਿ ਆਪਾਂ ਕਹਿ ਦਿੰਦੇ ਨਾ ਵੀ ਜਿਹੜਾ ਕਹਿੰਦਾ ਮੈਂ ਐਂ ਕਰ ਦੂੰਗਾ, ਇਹ ਕਰ ਦੂੰਗਾ, ਉਹ ਕਰ ਦੂੰਗਾ, ਉਹ ਦੋਸਤੋ ਪਿੱਛੇ ਰਹਿ ਜਾਂਦਾ, ਅਤੇ ਜਿਹੜਾ ਵਿਚਾਰਾ ਮੇਰੇ ਵਰਗਾ ਭਲਾ ਮਾਣਸ ਹੁੰਦਾ, ਯਾਰ ਚੱਲ ਕੋਈ ਨਹੀਂ ਇਹ ਕਹਿੰਦੇ, ਇਹ ਤਾਂ ਮੈਂ ਅੱਗੇ ਲੱਗਦਾ, ਅਤੇ ਉਹ ਦੋਸਤੋ ਮਾਰਿਆ ਜਾਂਦਾ ਕਿਤੇ ਨਾ ਕਿਤੇ। ਤਾਂ ਬਸ ਦੋਸਤੋ, ਆਹ ਥੋੜ੍ਹੀਆਂ ਹੀ ਕਮੀਆਂ ਸੀ, ਬਾਕੀ ਇਕੱਠ ਦੀ ਕੋਈ ਕਮੀ ਨਹੀਂ। ਖਨੌਰੀ ਬਾਰਡਰ 'ਤੇ ਇਕੱਠ ਹੈਗਾ, ਪਰ ਸ਼ੰਭੂ ਬਾਰਡਰ ਜਿੰਨਾ ਹੈ ਨਹੀਂਗਾ। ਪਿਛਲੇ ਕਿਸਾਨੀ ਮੋਰਚੇ ਨਾਲੋਂ ਇਕੱਠ ਜ਼ਿਆਦਾ ਨਾਲੇ, ਹਾਲਾਂਕਿ 2 ਜਥੇਬੰਦੀਆਂ ਗਈਆਂ ਨੇ, ਪੂਰਾ ਸੰਯੁਕਤ ਮੋਰਚਾ ਨਹੀਂ ਗਿਆ। ਜੇਕਰ ਸੰਯੁਕਤ ਮੋਰਚਾ ਜਾਵੇ ਤਾਂ ਕੀ ਬਣੇ, 2 ਜਥੇਬੰਦੀਆਂ ਗਈਆਂ ਨੇ। ਪਰ ਮੇਰੇ ਖਿਆਲ ਨਾਲ ਦੋਸਤੋ, ਖਨੌਰੀ ਬਾਰਡਰ 'ਤੇ ਵੀ ਕਿਸਾਨ ਵੱਧ ਤੋਂ ਵੱਧ ਪਹੁੰਚਣ। ਸ਼ੰਭੂ ਬਾਰਡਰ ਦਾ 3ਜਾ ਹਿੱਸਾ ਵੀ ਜੇਕਰ ਖਨੌਰੀ ਬਾਰਡਰ 'ਤੇ ਪਹੁੰਚ ਜਾਂਦਾ ਤਾਂ ਖਨੌਰੀ ਬਾਰਡਰ ਵੀ ਮਜ਼ਬੂਤ ਹੋ ਜੂਗਾ, ਅਤੇ ਉੱਥੇ ਟੱਪਣਾ ਆਪਾਂ ਨੂੰ ਸੌਖਾ ਦੋਸਤੋ। ਜੇਕਰ ਉੱਥੇ ਆਪਾਂ ਥੋੜ੍ਹਾ ਜਿਹਾ ਜ਼ੋਰ ਮਾਰੀਏ ਤਾਂ ਪਾਸੇ ਆਸੇ ਯਾਨੀ ਕਿ ਪੈਲੀਆਂ ਹੈਗੀਆਂ ਨੇ, ਅਤੇ ਟਰੈਕਟਰ ਆਰਾਮ ਨਾਲ ਟੱਪ ਸਕਦੇ ਨੇ। ਤਾਂ ਜੇਕਰ ਆਪਾਂ ਟੱਪਣਾ, ਤਾਂ ਵੈਸੇ ਮੇਰੇ ਹਿਸਾਬ ਨਾਲ ਤਾਂ ਟੱਪਣਾ ਜ਼ਰੂਰੀ ਨਹੀਂ ਗਾ, ਜੇਕਰ ਆਪਾਂ ਟੱਪਣਾ ਤਾਂ ਉੱਥੇ ਟੱਪ ਸਕਦੇ ਹਾਂ। ਤਾਂ ਸ਼ੰਭੂ ਬਾਰਡਰ 'ਤੇ ਇੰਪੋਸੀਬਲ ਆ, ਕਿਉਂਕਿ ਉੱਥੇ ਦੋਸਤੋ ਫੋਰਸ ਬਹੁਤ ਆ। ਖਨੌਰੀ ਬਾਰਡਰ 'ਤੇ ਫੋਰਸ ਜ਼ਰੂਰ ਆ, ਪਰ ਕਿਉਂਕਿ ਉਹ ਪਾਸੇ ਆਸਾ ਨਹੀਂ ਘੇਰ ਸਕਦੀ, ਇਸ ਕਰਕੇ ਵੱਧ ਤੋਂ ਵੱਧ ਉੱਥੇ ਇਕੱਠ ਕੀਤੇ ਜਾਣ, ਵੱਧ ਤੋਂ ਵੱਧ ਤਗੜੇ ਝੋਟੇ ਉੱਥੇ ਭੇਜੇ ਜਾਣ, ਵੱਡੀਆਂ ਵੱਡੀਆਂ ਮਸ਼ੀਨਾਂ ਉੱਥੇ ਜਾਣ, ਤਾਂ ਜੋ ਆਪਾਂ ਆਪਦੀ ਢਾਲ ਬਣਾ ਸਕੀਏ ਅਤੇ ਗੋਲੀਆਂ ਤੋਂ ਬਚ ਸਕੀਏ। ਕਿਉਂਕਿ ਦਿਖਾਉਣਾ ਵੀ ਜ਼ਰੂਰੀ ਆ, ਹੋ ਸਕਦਾ ਵੀ ਉਹਨਾਂ ਤੋਂ ਕੰਮ ਵੀ ਕਿਤੇ ਲੈਣਾ ਪਵੇ, ਕਿਉਂਕਿ ਬੈਰੀਕੇਡ ਪਾਸੇ ਕਰਨ ਵਾਲੀ ਉਹਨਾਂ ਦੀ ਲੋੜ ਪਵੇਗੀ।